ਸਸਿਕਾ ਜੀ ਗਾਇਸ ਮੈਨੂੰ ਨਾ ਮੋਮੋਸ ਬਹੁਤ ਜ਼ਿਆਦਾ ਪਸੰਦ ਹੈ ਮਤਲਬ ਜਦੋਂ ਵੀ ਬਾਜ਼ਾਰ ਜਾਣਾ ਹੈ ਨਾ ਜੇ ਕਿਤੇ ਮੋਮੋਸ ਦੀ ਰਿਹੜੀ ਦੇਖੀ ਤੇ ਆਪਾਂ ਤਾਂ ਰੁਕਣਾ ਹੀ ਹੈ ਤੇ ਖਾਣਾ ਹੀ ਹੈ ਇਹ ਸਿਸਟਮ ਹੋ ਗਿਆ ਪਰ ਕੀ ਹੈ ਕਿ ਮੋਮੋਸ ਬਣਾਉਣੇ ਨਹੀਂ ਆਉਂਦੇ ਜੇ ਹੁਣ ਬਾਹਰ ਨਹੀਂ ਜਾ ਸਕਦੇ ਤਾਂ ਘਰੇ ਬਣਾਉਣੇ ਹੈ ਜੀ ਕਰ ਪਿਆ ਤਾਂ ਕੀ ਕਰੀਏ ਹੁਣ ਫਿਰ ਸਿੱਖ ਲਈਆ ਸੀ ਤੇ ਤਾਂ ਨੇ ਵੀ ਸਿਖਾ ਦਈਏ ਥੜਾ ਜਿਹਾ ਦੇਖੋ ਮੋਮੋਸ 'ਚ ਮੈਂ ਥੋੜੀ ਜਿਹੀ ਟ੍ਰਿਕ ਐਡ ਕੀਤੀ ਜਿਸ ਨਾਲ ਇਹਨਾਂ ਨੂੰ ਈਜ਼ੀ ਬਣਾ ਸਕਦੇ ਆ ਤੇ ਟੇਸਟੀ ਵੀ ਬਣਾ ਸਕਦੇ ਆ ਇੱਕ ਤਾਂ ਜਿਵੇਂ ਸਾਰਾ ਕੁਝ ਤੁਸੀਂ ਚੋਪਰ 'ਚ ਪੀਸ ਲੈਣਾ ਚਟਨੀ ਵਾਸਤੇ ਉਸ ਤੋਂ ਬਾਅਦ ਅ ਲਸਣ ਭ ਇੱਕ ਅਲੱਗ ਜਿਹੀ ਇਹਦੇ ਚ ਐਡ ਕਰ ਦੇਗਾ স্মੋਕੀ ਜਿਹਾ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਠੀਕ ਹੈ ਉਸ ਤੋਂ ਬਾਅਦ ਪੈਨ ਚ ਬਸ ਪਾ ਕੇ ਸਾਰਾ ਕੁਝ ਤੇ ਫਿਰ ਤੁਸੀਂ ਉਹਦੇ ਚ ਨਮਕ ਮਿਰਚ ਐਡ ਕਰ ਦੇਣਾ ਫਿਰ ਇਹਦੇ ਚ ਮੈਂ ਚਿਲੀ ਫਲਿਕਸ ਐਡ ਕੀਤੇ ਕਿਉਂਕਿ ਮੇਰੇ ਕੋਲ ਨਾ ਲਾਲ ਮਿਰਚ ਨਹੀਂ ਸੀ ਸਾਬਤ ਜਿਹੜੀ ਹੈਗੀ ਹੈ ਤੁਸੀਂ ਹੈਗੀ ਤੁਹਾਡੇ ਕੋਲ ਤੁਸੀਂ ਉਹ ਯੂਜ਼ ਕਰ ਲਿਓ ਉਸ ਤੋਂ ਬਾਅਦ ਮੈਂ ਲਿੱਤੇ ਚੌਪਰ ਦੇ ਵਿੱਚ ਅਗੇਨ ਚੌਪਰ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਤੁਸੀਂ ਇਹਦੇ ਚ ਮਤਲਬ ਬੰਦ ਗੋਭੀ ਨੂੰ ਪੀਸਣਾ ਸ਼ਿਮਲਾ ਮਿਰਚ ਗਾਜਰ ਸਾਰਾ ਕੁਝ ਪੀਸ ਕੇ ਉਸ ਤੋਂ ਬਾਅਦ ਲਸਣ ਤੇ ਅਦਰਕ ਦੀ ਥੋੜੀ ਜੀ ਪਿਊਰੀ ਪੇਸ ਜੀ ਹੈ ਮਤਲਬ ਉਹਨੂੰ ਤੁਸੀਂ ਪਾਣਾ ਤੇਲ 'ਚ ਫਿਰ ਤੁਸੀਂ ਪਿਆਜ਼ ਪਾਣਿਆਂ ਨੂੰ ਭੁੰਨਣਾ ਤੇ ਨਮਕ ਮਿਰਚ ਐਡ ਕਰਨਾ ਥੋੜਾ ਜਿਹਾ ਗਰਮ ਮਸਾਲਾ ਤੇ ਹਲਦੀ ਐਡ ਕਰਨੀ ਹੈ ਫਿਰ ਤੁਸੀਂ ਇਹਦੇ 'ਚ ਪਾਣਾ ਸਾਰਾ ਸਬਜ਼ੀਆਂ ਦਾ ਜਿਹੜਾ ਮਿਕਸਚਰ ਆਪਾਂ ਚੌਪਰ 'ਚ ਰੈਡੀ ਕਰ ਲੈਣਾ ਬਸ ਉਸ ਤੋਂ ਬਾਅਦ ਇਹਨੂੰ ਠੰਡਾ ਹੁਣ ਦੋ ਮਿੰਟੋਂ 20 ਮਿੰਟ ਤੱਕ ਤੁਸੀਂ ਆਪਣਾ ਡੋ ਰੈਡੀ ਕਰ ਲਓ ਗਾਇਜ਼ ਡੋ ਨੂੰ ਵੀ ਲਗਾਣਾ ਬਹੁਤ ਈਜ਼ੀ ਹੈ ਨਾਰਮਲ ਜਿਵੇਂ ਆਪਾਂ ਆਟਾ ਗੁੰਨਦੇ ਹਾਂਵੇਂ ਤੁਸੀਂ ਮੈਦੇ ਦਾ ਆਟਾ ਗੁੰਨਣਾ ਬਸ ਇਸ 'ਚ ਥੋੜਾ ਜਿਹਾ ਔਇਲ ਪਾ ਕੇ ਤੁਸੀਂ ਉਹਨੂੰ ਐਵੇਂ ਅਚੀ ਤਰ੍ਹਾਂ ਇਹਨੂੰ ਦੇਖ ਲੈਣਾ ਕਿ ਇਹਦੀ ਮੁਠੀ ਬਣ ਰਹੀ ਹੈ ਨਾ ਮਤਲਬ ਜੁੜ ਰਿਹਾ ਹੈ ਆਇਲ ਬਰਨ ਤੋਂ ਬਾਅਦ ਦੈਟ ਇਜ਼ ਪਰਫੈਕਟ ਫੇਰ ਤੁਸੀਂ ਉਹਦੇ ਚੋਂ ਬਸ ਐਵੇਂ ਪਾਣੀ ਪਾੰਦੇ ਹੋਏ ਤੇ ਇਹਨੂੰ ਡੋ ਰੈਡੀ ਕਰਨਾ ਫਿਰ ਉਹਨੂੰ 10 ਮਿੰਟ ਲਈ ਰੈਸਟ ਕਰਨ ਦੇਣਾ ਫਿਰ ਹੁਣ ਬਣਾ ਰਹੇ ਆ ਅਸੀਂ ਇੰਦੀਆਂ ਨਿੱਕੇ ਨਿੱਕੇ ਜਿਹੀਆਂ ਲੋਈਆਂ ਉਸ ਤੋਂ ਬਾਅਦ ਨਿੱਕੀ ਨਿੱਕੀ ਜਿਹੀਆਂ ਰੋਟੀਆਂ ਬਣਾ ਕੇ ਪਤਲੀ ਤੋਂ ਪਤਲੀ ਜਿੰਨੀ ਪਤਲੀ ਤੁਸੀਂ ਵੇਲ ਸਕਦੇ ਹੋ ਗਾਇਜ਼ ਮਤਲਬ ਥੋੜਾ ਜਿਹਾ ਨੂੰ ਡਿਫਿਕਲਟ ਹੁੰਦਾ ਹੈ ਪਤਲਾ ਵੇਲਣਾ ਪਰ ਤੁਸੀਂ ਥੋੜਾ ਥੋੜਾ ਜਿਵੇਂ ਨਾਲ ਆਟਾ ਲਗਾ ਦੇ ਜਾਓਗੇ ਨਾ ਬਹੁਤ ਈਜ਼ੀਲੀ ਵੇਲ ਜਾਏਗਾ ਇੱਕ ਦੋ ਵਾਰੀ ਕਰੋਗੇ ਤਾਂ ਈਜ਼ੀ ਹੋ ਜਾਏਗਾ ਫਿਰ ਬਸ ਤੁਸੀਂ ਜਿੰਮੇ ਦੀ ਸ਼ੇਪ ਤੁਹਾਨੂੰ ਪਸੰਦ ਹੈ ਜਾਂ ਸੋਖੀ ਲੱਗਦੀ ਹੈ ਬਣਾਣੀ ਤੁਸੀਂ ਉਹ ਬਣਾ ਸਕਦੇ ਹੋ ਮੈਨੂੰ ਆਹ ਵਾਲੀ ਸ਼ੇਪ ਥੋੜੀ ਨਾ ਸੋਖੀ ਲੱਗੀ ਤੇ ਮੈਂ ਇਹਨੂੰ ਬਣਾ ਦਿੱਤਾ ਇਸ ਲਈ ਮੈਂ ਸੰਜੀਵ ਕਪੂਰ ਦੀ ਵੀਡੀਓ ਦੇਖੀ ਸੀਗੀ ਉਹਨਾਂ ਨੇ ਇਹ ਸ਼ੇਪ ਦਿੱਤੀ ਹੋਈ ਸੀ ਕਿ ਜਿਹਨ ਜਿਹੜੇ ਮਤਲਬ ਬਿਗਨਰ ਹੈ ਸੋ ਗਾਇਜ਼ ਇਹ ਬਹੁਤ ਵਧੀਆ ਲੱਗੀ ਮੈਨੂੰ ਤੁਸੀਂ ਇਹਨੂੰ ਟਰਾਈ ਕਰ ਸਕਦੇ ਕਿਊਟ ਵੀ ਬਹੁਤ ਸੀ ਤੇ ਬਨਦਵਾ ਦੀ ਨੇ ਟੇਸਟੀ ਲੱਗ ਰਹੀ ਸੀ ਨਾ ਗਾਇਜ਼ ਤਾਂ ਮੇਰੇ ਜੀ ਕਰਾਸਿੰਗ ਮੈਨੂੰ ਖਾਈ ਜਾਵਾ ਖਾਈ ਜਾਵਾ ਦੇਖੋ ਇਹਨੂੰ ਮਤਲਬ ਬੇਕ ਹੋਣ ਤੋਂ ਬਾਅਦ ਕਿੰਨਾ ਵਧੀਆ ਲੁੱਕ ਆਇਆ ਤੇ ਬਿਲਕੁਲ ਇਕੁਅਲ ਸੀ ਮਸਾਲਾ ਸਾਰੇ ਪਾਸੇ ਫੈਲਿਆ ਹੋਇਆ ਸੀ ਇੱਕ ਬਾਈਟ ਚ ਮੈਂ ਤਾਂ ਬੱਸ ਜੀ ਕਰਦਾ ਖਾਈ ਜਾਵਾ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਗਾਇਜ਼ ਬਹੁਤ ਟੇਸਟੀ ਬਣੀ ਸੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਗਾਇਜ਼ ਬਾਏ